ਵਾਹਿਗੁਰੂ ਜੀ ਦੇ ਥਲਸ ਵਾਹਿਗੁਰੂ ਜੀ ਦੀ ਫਤਿਹ ਮੈਂ ਪੂਰੀ ਸੰਗਤ ਦੇ ਪੰਦੇ ਨਾਲ ਸਾਂਝਾ ਕਰਨਾ ਚਾਹੁੰਦਾ ਹੈ ਕਿ ਜਿਹੜੀ ਸਾਡੀ ਸਿੱਖੀ ਪ੍ਰਚਾਰ ਪ੍ਰਸਾਰ ਦੀ ਸੇਵਾ ਪਿਛਲੇ 3 ਸਾਲ ਤੋਂ ਚੱਲ ਰਹੀ ਹੈ ਉਹਦੇ ਵਿੱਚ ਗਲੋਬਲ ਮਿਡਾਸ ਫਾਊਂਡੇਸ਼ਨ ਜਿਹੜੀ ਸਾਡੀ ਚੈਰੀਟੇਬਲ ਆਰਗੇਨਾਈਜੇਸ਼ਨ ਹੈ ਸਾਥੀ ਗਲੋਬਲ ਮਿਡਾਸ ਕੈਪੀਟਲ ਜਿਹੜਾ ਸਾਡਾ ਪ੍ਰੋਡਕਸ਼ਨ ਹਾਊਸ ਹੈ ਜਿੱਦੇ ਵਿੱਚ ਅਸੀਂ ਹਿਸਟੋਰੀਕਲ ਗੁਰਦੁਆਰਿਆਂ ਦੀ ਤੇ ਸਿੱਖੀ ਦੇ ਅਹਿਮ ਪਹਿਲੂਆਂ ਦੇ ਉੱਤੇ ਡਾਕੂਮੈਂਟਰੀਜ਼ ਤੇ ਸ਼ਾਰਟ ਮੂਵੀਜ਼ ਤੇ ਇਸ ਤਰ੍ਹਾਂ ਦੇ ਕੰਟੈਂਟ ਬਣਾਏ ਤੇ ਉਹਦੇ ਨਾਲ ਫਿਰ ਗਲੋਬਲ ਮਿਡਾਸ ਇੰਟਰਨੈਸ਼ਨਲ ਰਿਸਰਚ ਇੰਸਟੀਚਿਊਟ ਆਫ ਸਿੱਖ ਸਟੱਡੀਜ਼ ਜਿਹੜਾ ਸਾਡਾ ਗੁਰਮਤਿ এডੂਕੇਸ਼ਨ ਦਾ ਇੰਸਟੀਚਿਊਟ ਹੈ ਤੇ ਇਹ ਤਿੰਨੋਂ ਜਥੇਬੰਦੀਆਂ ਨੇ ਮਿਲ ਕੇ ਹੁਣ ਇੱਕ ਨਿਆ ਉਪਰਾਲਾ ਸਟਾਰਟ ਕੀਤਾ ਹੈ ਜਦੇ ਵਿੱਚ ਅਸੀਂ ਇੱਕ ਨਿਆ ਡੈਡੀਕੇਟਿਡ ਚੈਨਲ ਲਾਂਚ ਕੀਤਾ ਹੈ ਗਲੋਬਲ ਮਿਡਾਸ ਸ਼ਬਦ ਕੀਰਤਨ ਗੁਰਬਾਣੀ ਇਹ YouTube ਤੇ ਅਵੇਲੇਬਲ ਹੈ ਤੇ ਮੇਨ ਜਿਹੜਾ ਸਾਡਾ ਮਕਸਦ ਸੀ ਕਿ ਵਈ ਸਿੱਖੀ ਦਾ ਪ੍ਰਚਾਰ ਪ੍ਰਸਾਰ ਹੋਏ ਤੇ ਬੜੇ ਸਾਰੇ ਉਪਰਾਲੇ ਅਸੀਂ ਕਿਤੇ ਤੇ ਹੁਣ ਅਸੀਂ ਜਾਚੇ ਡੈਡੀਕੇਟਿਡਲੀ ਇਹ ਜਿਹੜਾ ਚੈਨਲ ਦੀ ਨੀਵ ਰੱਖੀ ਹੈ ਇਹਦਾ ਮੇਨ ਉਦੇਸ਼ ਹੈ ਕਿ ਪਹਿਲੇ ਤੇ ਬੜੇ ਸਾਰੇ ਇਦਾਂ ਦੇ ਸਿੰਘ ਸਭਾ ਗੁਰਦੁਆਰੇ ਤੇ 23 ਲੋਟਲ ਪਿੰਡਾਂ ਦੇ ਵਿੱਚ ਵੀ ਗੁਰਦੁਆਰੇ ਸਾਹਿਬ ਹੁੰਦੇ ਆ ਜਿੱਥੇ ਵਿੱਚ ਬੜੇ ਸਾਰੇ ਪ੍ਰੋਗਰਾਮ ਤੇ ਹੁੰਦੇ ਆ ਬਟ ਉਹ ਟੈਲੀਕਾਸਟ ਜਾਂ ਬ੍ਰਾਡਕਾਸਟ ਨਹੀਂ ਉਹ ਬੰਦੇ ਤੇ ਸਾਡਾ ਇਹ ਆਬਜੈਕਟਿਵ ਹੈ ਕਿ ਜਿਹੜੇ ਵੀ ਇੰਡੀਆ ਜਾਂ ਇੰਟਰਨੈਸ਼ਨਲੀ ਇਸ ਤਰੀਕੇ ਦੇ ਗੁਰਦੁਆਰੇ ਸੈਭਾਨ ਹੈ ਇਹਨਾਂ ਦੇ ਉੱਤੇ ਜਿਹੜੇ ਵੀ ਪ੍ਰੋਗਰਾਮ ਦੁਰਪੁਰਬ ਦੇ ਸ਼ਬਦ ਕੀਰਤਨ ਦੇ ਉਹਦੇ ਬਾਅਦ ਸ਼ਹੀਦੀ ਦਿਹਾੜੇ ਦੇ ਜਾਂ ਕੋਈ ਵੀ ਥਾਂ ਦਾ ਸਿੱਖੀ ਦਾ ਕੋਈ ਵੀ ਪ੍ਰੋਗਰਾਮ ਹੋਣਾ ਹੈ ਤੇ ਉਹ ਸਾਡੇ ਨਾਲ ਅਦੀ ਲਾਈਵ ਫੀਡ ਸ਼ੇਅਰ ਕਰ ਸਕਦੇ ਹੈ ਜਾਂ ਉਹਨਾਂ ਦੇ ਕੋਲ ਪਹਿ ਇਸ ਤਰੀਕੇ ਦੀ ਪਹਿਲੀ ਰਿਕਾਰਡਿੰਗ ਹੋ ਰਹੀ ਹੈ ਉਹ ਵੀ ਸ਼ੇਅਰ ਕਰ ਸਕਦੇ ਹੈ ਜਿਹੜਾ ਇਸ ਚੈਨਲ ਦੇ ਉੱਤੇ ਅਸੀਂ ਫਿਰ ਅਪਲੋਡ ਕਰਕੇ ਦਿਖਾਵਾਂਗੇ ਤੇ ਮੇਨ ਸਾਡਾ ਆਬਜੈਕਟਿਵ ਹੈ ਕਿ ਜਿਆਦਾ ਤੋਂ ਜਿਆਦਾ ਸੰਗਤ ਦੇਸ਼ ਤੇ ਇੰਟਰਨੈਸ਼ਨਲੀ ਗੁਰਬਾਨੀ ਦਾ ਸ਼ਬਦ ਕੀਰਤਨ ਦਾ ਪ੍ਰਸਾਰ-ਪਸਾਰ ਹੋਏ ਤੇ ਇਹਦੇ ਲਈ ਹੈ ਜਿਹੜਾ ਪਲੈਟਫਾਰਮ ਅਸੀਂ ਬਣਾਇਆ ਹੈ YouTube ਦੇ ਉੱਤੇ ਤੇ ਇਹ ਚੈਨਲ ਜਿਹੜਾ ਹੈ ਡੈਡੀਕੇਟਿਡਲੀ ਐ ਪਰਪਸ ਫਾਲਫ ਕਰ ਰਿਹਾ ਉਹਦੇ ਨਾਲ ਹੀ ਅਸੀਂ ਹੁਣ ਦਿੱਲੀ ਦੇ ਵਿੱਚ ਪੰਜਾਬ ਦੇ ਵਿੱਚ ਤੇ ਬਾਕੀ ਸਾਰੀ ਜਿੱਦਾਂ ਵੀ ਸ਼ਬਦ ਕੀਰਤਨ ਦੇ ਪ੍ਰੋਗਰਾਮ ਆਰਗੇਨਾਈਜ਼ ਕਰਨੇ ਸਟਾਰਟ ਕਰ ਦਿੱਤੇ ਜਿਦੇ ਵੀ ਸਾਡੀ ਕואର୍ਡੀਨੇਸ਼ਨ ਐਂਡ ਕੋਰਸਪੋਨਡੈਂਸ ਸਾਰੀ ਜਿਹੜਾ ਸਿੰਘ ਸਭਾ ਗੁਰਦੁਆਰਿਆਂ ਦੇ ਨਾਲ ਵੀ ਤੇ ਗੁਰਦੁਆਰਾ ਕਮੇਟੀਆਂ ਦੇ ਨਾਲ ਵੀ ਹੋ ਰਹੀ ਹੈ ਤੇ ਅਸੀਂ ਉਹਦੇ ਨਾਲ ਸਕੂਲ ਐਂਡ ਕਾਲਜਸ ਦੇ ਉੱਤੇ ਵੀ ਇਹ ਆਪਣੀ ਅਪੀਲ ਹੋ ਰਹੀ ਤੇ ਆਪਣੀ ਰਿਕੁਐਸਟ ਡਾਲੀ ਹੈ ਕਿ ਤੁਸੀਂ ਉੱਥੇ ਵੀ ਬੱਚਿਆਂ ਦਾ ਸ਼ਬਦ ਕੀਰਤਨ ਦਾ ਪ੍ਰੋਗਰਾਮ ਆਰਗੇਨਾਈਜ਼ ਕਰੋ ਜਿਹੜਾ ਅਸੀਂ ਪਹਿਲੇ ਗਲੋਬਲ ਮਿਡਾਸ ਫਾਊਂਡੇਸ਼ਨ ਵਿੱਚ ਦਿੱਲੀ ਦੇ ਵਿੱਚ ਬਹੁਤ ਹੀ ਬਖੂਬੀ ਚੱਲ ਚੁਕਿਆ ਤੇ ਮੇਨ ਐਦਾ ਆਬਜੈਕਟਿਵ ਹੈ ਕਿ ਡਾਇਰਟ ਡਿਫਰੈਂਟ ਏਜ ਗਰੁੱਪ ਦੇ ਬੱਚੇ ਇਹਦੇ ਵਿੱਚ ਪਾਰਟਿਸਪੇਟ ਕਰ ਰਹੇਗੇ ਤੇ ਪਹਿਲੇ ਤੇ ਉਹਨਾਂ ਦੀ ਉੱਥੇ ਰਿਕਾਰਡਿੰਗ ਹੋਈ ਜੀ ਰਿਕਾਰਡ पूरा शो इस चैनल ਦੇ ਉੱਤੇ ਟੈਲੀਕਾਸਟ ਹੋਏਗਾ ਲਾਈਵ ਜਾਂ ਪ੍ਰੀ ਰਿਕਾਰਡਡ ਤੇ ਐ ਬੱਚਿਆਂ ਦਾ ਟੈਲੈਂਟ ਤੇ ਇਨਾਂ ਦੀ ਡੈਡੀਕੇਸ਼ਨ ਆਪਣੇ ਗੁਰੂ ਘਰ ਦੇ ਪ੍ਰਤੀ ਦੁਨੀਆ ਤੱਕ ਪਹੁੰਚੇਗੀ ਜਦ ਅਸੀਂ ਇਹ ਉਪਰਾਲਾ ਪਹਿਲੇ ਕੀਤਾ ਸੀ ਗਲੋਬਲ ਮਿਦਾ ਫਾਊਂਡੇਸ਼ਨ ਦੇ ਵਿੱਚ ਦਿੱਲੀ ਦੇ ਵਿੱਚ ਸੰਗਤ ਪੰਡਿਤ ਤਹਿਤ ਪ੍ਰੋਗਰਾਮ ਲਈ ਤੇ ਬੜੇ سارے ਬੱਚਾ ਨੂੰ ਸਕਾਲਰਸ਼ਿਪ ਦਾ ਤੇ ਬੜੇ سارے ਬੱਚਾ ਨੂੰ ਪ੍ਰੋਗਰਾਮ ਲਈ ਇਨਵੀਟੇਸ਼ਨ ਵੀ ਆਇਆ ਸੀ ਤੇ ਪ੍ਰੋਤਸਾਹਨ ਵੀ ਮਿਲਿਆ ਸੀ ਤੇ ਅਗਰ ਹੁਣ ਹੈ ਡੈਡੀਕੇਟਿਡਲੀ ਗਲੋਬਲ ਮਿਦਾ ਸ਼ਬਦ ਕੀਰਤਨ ਕੁਰਬਾਨੀ ਚੈਨਲ ਦੀ 8 ਪੇਜ ਟੈਸ਼ ਰੇਡੀ ਤੇ ਉਹਦੇ ਉੱਤੇ ਇਹ ਬੱਚਿਆਂ ਨੂੰ ਹੁਣ ਪੂਰੇ ਦੇਸ਼bhar ਵਿੱਚ ਅਸੀਂ ਕਿੰਨੇ ਦਿਰ ਸਕਦੇ ਸਾਥੀ ਸਾਥ ਅਸੀਂ ਜੀਪੀਸੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਚੀ ਸਿੰਘ ਸਭਾ ਗੁਰਦੁਆਰੇ ਸ਼ਿਰੋਮਣੀ ਅਕਾਲੀ ਦਲ ਔਰ ਨੈਸ਼ਨਲ ਕਮਿਸ਼ਨ ਫਾਰ ਮਾਇਨੋਰਟੀਜ਼ ਨੂੰ ਵੀ ਇਨਫੋਰਮੇਸ਼ਨ ਦੇ ਦਿੱਤੀ ਹੈ ਸਾਡੇ ਇਸ ਚੈਨਲ ਦੇ ਲਾਂਚ ਦੀ ਤੇ ਇਸ ਤਰੀਕੇ ਦਾ ਕੋਈ ਵੀ ਅਦਰ ਪ੍ਰੋਗਰਾਮ ਹੋਏ ਜਿਹੜਾ ਉਹ ਚਾਹਦੇ ਹੋਏ ਕਿ ਅਸੀਂ ਅੱਜ ਕਾ ਟਵਰ ਕਰੀਏ ਤੇ ਉਹਦੇ ਲਈ ਵੀ ਰਿਕੁਐਸਟ ਲੈਟਰ ਅਸੀਂ ਡਾਲੀ ਹੈ ਉਹਦੇ ਨਾਲ ਜਿਹੜੇ ਵੀ ਹੁਣ ਦਿੱਲੀ ਦੇ ਵਿੱਚ ਵੀ ਗੁਰਦੁਆਰੇ ਸਹਿਬਾਨਾਂ ਦੇ ਵਿੱਚ ਕੀਰਤਨ ਦਰਬਾਰ ਦੇ ਪ੍ਰੋਗਰਾਮ ਹੁੰਦੇ ਆ ਤੇ ਉਹਦੀ ਉਹ ਬ੍ਰਾਡਕਾਸਟਿੰਗ ਜਾਂ ਆਪਣੀ ਸਰ ਫੀਡ ਸਾਡੇ ਨਾਲ ਸ਼ੇਅਰ ਕਰੀਏ ਤਾਂ ਕਿ ਉਹ ਫੀਡ ਅਸੀਂ ਆਪਣੀ ਸਟ੍ਰੀਮਿੰਗ ਫੀਡ ਆਪਣੇ ਚੈਨਲ ਤੇ ਚਲਾ ਸਕੀਏ ਉਹਦੀ ਵੀ ਅਸੀਂ ਰਿਕਵੈਸਟ ਡਾਲੀ ਹੈ ਕਿਉਂਕਿ ਜਿੰਨਾ ਵੱਡਾ ਪਲੇਟਫਾਰਮ ਰੇਜਾ ਔਰ ਅਲੱਗ-ਅਲੱਗ ਗੁਰਦੁਆਰੇ ਸਾਹਿਬ ਦੇਸ਼ ਵਿਦੇਸ਼ ਦੇ ਸਿੰਗਲ ਜਗ੍ਹਾ ਤੇ ਆਣਗੇ ਤੇ ਉਸ ਚੈਨਲ ਦੀ ਰੀਚ ਸੰਦਰ ਤੇ ਪੰਦੇ ਲਈ ਜ਼ਿਆਦਾ ਹੋ ਜਾਏਗੀ ਤੇ ਅਦਰ ਕੋਈ ਦੇਖਣਾ ਚਾਹੁੰਦਾ ਹੈ ਕਿ ਅੱਜ मलेशिया ਦੇ ਵਿੱਚ ਕੀ ਪ੍ਰੋਗਰਾਮ ਹੋਇਆ ਉਹਦੀ ਵੀ ਟੈਲੀਟਾਸ ਔਰ ਉਹਦੀ ਵੀ ਇਨਫੋਰਮੇਸ਼ਨ ਉਹਨੂੰ ਸਾਡੇ ਚੈਨਲ ਤੇ ਮਿਲ ਜਾਈ ਦੀ اسی ਤਰੀਕੇ ਦੇ ਨਾਲ ਅਦਰ ਕੋਈ ਪੰਜਾਬ ਦੇ ਪਿੰਡ ਵਿੱਚ ਕੋਈ ਪ੍ਰੋਗਰਾਮ ਹੋਇਆ ਉਹਦੀ ਵੀ ਮਿਲ ਜਾਈਗੀ ਤੇ ਦਾ اسی ਤਰੀਕੇ ਦੇ ਨਾਲ ਕੋਈ ਹਰਮੰਦਰ ਸਾਹਿਬ ਜਾਂ ਦਿੱਲੀ ਦੇ ਹਿਸਟੋਰੀਕਲ ਗੁਰਦੁਆਰੇ ਵਿੱਚ ਗੁਰਦੁਆਰਾ ਕਮਿਊਨਿਟੀ ਐਨੇ ਕੋਈ ਪ੍ਰੋਗਰਾਮ ਕਰਖਿਆ ਉਹਦੀ ਵੀ ਮਿਲ ਜਾਈਗੀ ਤੋਂ ਇਸ ਤਰੀਕੇ ਦਾ ਡੈਡੀਕੇਟਿਡਲੀ ਪੰਥ ਦੇ ਲਈ ਗੁਰਬਾਨੀ ਦਾ ਸ਼ਬਦ ਕੀਰਤਨ ਦਾ ਇਹ ਪਲੇਟਫਾਰਮ ਤਿਆਰ ਕੀਤਾ ਗਿਆ ਤੇ ਮੈਂ ਪੂਰੀ ਸੰਗਤ ਤੇ ਨਾਲ ਅਪੀਲ ਕਰਨਾ ਕਿ ਇਥੇ ਇਸ ਚੈਨਲ ਨੂੰ ਤੁਸੀਂ ਜਿਆਦਾ ਤੋਂ ਜਿਆਦਾ ਸੰਗਤ ਵਿੱਚ ਸ਼ੇਅਰ ਕਰੋ ਤੇ ਦੂਜਾ ਤੁਸੀਂ ਆਪਣੇ ਏਰੀਆ ਦੇ ਵਿੱਚ ਜਿਹੜਾ ਵੀ ਗੁਰਦੁਆਰਾ ਸਾਹਿਬ ਹੈ ਉਥੇ ਇਹ ਇਨਫੋਰਮੇਸ਼ਨ ਪਾਸ ਆਨ ਕਰਸਤ ਦਿਓ ਜਾਂ ਥੱਲੇ ਦਿੱਤੀ ਗਈ ਇਨਫੋਰਮੇਸ਼ਨ ਦੇ ਉਹ ਗੁਰਦੁਆਰਾ ਸਾਹਿਬ ਦੀ ਇਨਫੋਰਮੇਸ਼ਨ ਮੈਨੇਜਮੈਂਟ ਦੀ ਸਾਡੇ ਨਾਲ ਸਾਂਝਾ ਕਰਸਤ ਦਿਓ ਜਦ ਸਾਡੇ ਕੋਲ ਇਹ ਇਨਫੋਰਮੇਸ਼ਨ ਆਏਗੀ ਤੇ ਸਾਡੀ ਟੀਮ ਉਹਨਾਂ ਨੂੰ ਅਪਰੋਚ ਕਰੇਗੀ ਤੇ ਉਹਨਾਂ ਨੂੰ ਦੱਸੇਗੀ ਇਸ ਤਰੀਕੇ ਦੇ ਨਾਲ ਐ ਬ੍ਰਾਡਕਾਸਟਿੰਗ ਔਰ ਟੈਲੀ ਕਾਸ ਕਰਨ ਦਾ ਪਲੇਟਫਾਰਮ ਸਮੂਚੀ ਸੰਗਤ ਦੇ ਲਈ ਬੇਨਿਫੀਸ਼ੀਅਲ ਹੋਰ ਬੜੇ ਲਾਭ ਪਦਰਤੇ ਅਸੀਂ ਪਹੁੰਚਾ ਸਕਦੇ ਹਾਂ ਤੇ ਉਹ ਦੱਸਣ ਦੇ ਬਾਅਦ ਅਸੀਂ ਉਹਨਾਂ ਤੋਂ ਉਹੀ ਗੁਰਦੁਆਰੇ ਸਾਹਿਬਾਂ ਦੇ ਜਿਹੜੇ ਪਹਿਲੇ ਰਿਕਾਰਡਡ ਪ੍ਰੋਗਰਾਮ ਆਂ ਅੰਦਰ ਅੱਜ ਵੀ ਲੋਟਲ ਉਹਨਾਂ ਦੇ ਚੈਨਲ ਦੇ ਉੱਤੇ ਉਹ ਚੱਲਦੇ ਹਨ ਤੇ ਕਿਸ ਤਰੀਕੇ ਦੇ ਨਾਲ ਉਹਦਾ ਉਹ ਸਟ੍ਰੀਮਿੰਗ ਫੀਡ ਸਾਡੇ ਨਾਲ ਸ਼ੇਅਰ ਕਰ ਸਕਦੇ ਆ ਤਾਂਕਿ ਅਸੀਂ ਉਹ ਲਾਈਵ ਚਲਾ ਸਕੀਏ ਉਹ ਪੂਰਾ ਉਪਰਾਲਾ ਉਹਨਾਂ ਨੂੰ ਅਸੀਂ ਦੱਸਾਂਗੇ ਤੇ ਇਸੇ ਉਮੀਦ ਦੇ ਨਾਲ ਕਿ ਜਿਹੜੀ ਗਲੋਬਲ ਮੀਡਾ ਫਾਊਂਡੇਸ਼ਨ ਹੈ ਸਾਡੀ ਸਾਰੀ ਜਥੇਬੰਦੀਆਂ ਪਿਛਲੇ 3 ਸਾਲ ਤੋਂ ਸਿੱਖੀ ਪ੍ਰਚਾਰ ਪ੍ਰਸਾਰ ਦੇ ਵਿੱਚ ਆਪਣੀ ਸੇਵਾ ਇਹ ਦਿੰਦੀ ਰਹੀ ਹੈ। ਉਹਨਾਂ ਹੀ ਸਨੇਹ ਤੇ ਪਰਸਥਾਹਨ ਮਿਲੇ ਤੁਹਾਡੇ ਵੱਲੋਂ ਤੇ ਐ ਸ਼ਬਦ ਗਲੋਬਲ ਮਿਦਾਸ ਸ਼ਬਦ ਕੀਰਤਨ ਔਰ ਗੁਰਬਾਣੀ ਚੈਨਲ ਨੂੰ ਵੀ ਤੁਸੀਂ ਸਰਾਓ ਔਰ ਸਬਸਕ੍ਰਾਈਬ ਕਰੋ ਔਰ ਜਿਆਦਾ ਤੋਂ ਜਿਆਦਾ ਗੁਰਦੁਆਰੇ ਸਾਬਾਨਾ ਤੋਂ ਇਸ ਚੈਨਲ ਨੂੰ ਜੋੜਿਓ ਤੇ ਇਸੀ ਉਮੀਦ ਦੇ ਨਾਲ ਐ ਅਪੀਲ ਮੈਂ ਤੁਹਾਡੇ ਨਾਲ ਕਰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤ